ਭੈਣ ਜੀ ਕੀ ਨਾਂ ਤੁਹਾਡਾ ਜੀ ਪਲਵਿੰਦਰ ਕੌਰ ਕਿਹੜਾ ਪਿੰਡ ਤੁਹਾਡਾ ਜੌੜਾ ਭੈਣ ਜੀ ਇੱਕ ਗਾਇਕ ਦਾ ਪਿਛਲੇ ਦਿਨ ਕਤਲ ਕੀਤਾ ਗਿਆ ਸਿੱਧੂ ਮੂਸੇ ਵਾਲਾ ਉਹਦੇ ਵਿੱਚ ਜਗਰੂਪ ਸਿੰਘ ਉਰਫ ਰੂਪਾ ਦਾ ਨਾਮ ਆ ਰਿਹਾ ਕੀ ਲੱਗਦਾ ਤੁਹਾਡਾ ਸਾਡਾ ਬੇਟਾ ਵਾ ਜੀ ਉਹਦਾ ਨਾਂ ਆ ਰਿਹਾ ਵੀ ਉਸ ਲੜਕੇ ਵੱਲੋਂ ਵੀ ਕਤਲ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੇ ਕੀ ਤੁਹਾਡੀ ਮੰਗ ਹੈ ਵੀਰ ਜੀ ਅਸੀਂ ਚਾਹੁੰਦੇ ਉਹਨਾਂ ਵਿਚਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਦਾ ਇਕੱਲਾ ਇਕੱਲਾ ਪੁੱਤ ਗਿਆ ਇਨਸਾਫ ਦੋ ਉਹਨਾਂ ਨੂੰ ਤੁਹਾਡੇ ਬੇਟੇ ਦਾ ਨਾਂ ਆ ਰਿਹਾ ਵਿੱਚ ਵੀਰ ਜੀ ਸਾਡੇ ਨਾਲ ਤਾਂ ਉਹਦਾ ਕੋਈ ਲਿੰਕ ਨਹੀਂ ਹੈਗਾ ਸਾਡੇ ਨਾਲ ਉਹਦਾ ਕੋਈ ਲਿੰਕ ਨਹੀਂ ਹੈਗਾ ਕਿੰਨੇ ਸਮੇਂ ਤੋਂ ਘਰ ਨਹੀਂ ਆਇਆ ਤੇ ਕਿਉਂ ਕਿਹੜੀ ਹਾਲਾਤ ਸੀ ਵੀਰ ਜੀ ਨਸ਼ੇ ਪੱਤੇ ਕਰਦਾ ਸੀ ਤੁਹਾਨੂੰ ਮੈਂ ਆਖਿਆ ਵੀ ਨਸ਼ੇ ਪੱਤੇ ਕਰਦਾ ਸੀ ਸਾਨੂੰ ਨਹੀਂ ਪਤਾ ਬਾਹਰ ਕੀ ਕਰਦਾ ਅਸੀਂ ਘਰ ਨਹੀਂ ਵੜ ਦਿੱਤਾ ਉਹਦੇ ਪਾਪਾ ਨੇ ਘਰ ਨਹੀਂ ਵੜ ਦਿੱਤਾ ਉਹਨੂੰ ਤੇ ਨਹੀਂ ਇਹੋ ਜਿਹਾ ਬੰਦਾ ਘਰ ਵੜ ਸਕਦਾ ਕਿੰਨੇ ਸਮੇਂ ਤੋਂ ਘਰ ਨਹੀਂ ਆਇਆ ਭਾਈ ਉਹਨੂੰ ਹੋ ਗਏ 3-4 ਸਾਲ ਘਰ ਨਹੀਂ ਆਇਆ ਕੀ ਕਹਿਣਾ ਚਾਹੁੰਦੇ ਤੁਹਾਡੇ ਪਿੰਡ ਦੇ ਲੜਕੇ ਦਾ ਨਾਂ ਆ ਰਿਹਾ ਸਿੱਧੂ ਮੂਸੇ ਵਾਲੇ ਕਤਲ ਕਾਂਡ ਦੇ ਵਿੱਚ ਜਗਰੂਪ ਸਿੰਘ ਫਰੂਪੇ ਦਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਤੇ ਇਹੋ ਕਹਿਣਾ ਚਾਹੁੰਦੇ ਹਾਂ ਜੇ ਜਿੱਥੇ ਕਿਤੇ ਮਿਲਦਾ ਜੋ ਮਰਜ਼ੀ ਇਹਨੂੰ ਗੋਲੀ ਮਾਰ ਦਿਓ ਜੋ ਮਰਜ਼ੀ ਕਰੋ ਇਹ ਨਹੀਂ ਕੁਛ ਵੀ ਕਿਤੇ ਮਗਰ ਆਵਾਂ ਕਿੰਨੇ ਚਿਰ ਤੋਂ ਪਿੰਡ ਨਹੀਂ ਆਇਆ ਤੇ ਹੋਈ ਗਏ 4 ਸਾਲ ਜੀ ਇਹਨੂੰ ਕੀ ਕਾਰਨ ਪੈ ਗਿਆ ਵੀ ਉਹ ਇਸ ਰਾਹ ਤੁਰ ਗਿਆ ਇਹ ਨਸ਼ਾ ਪੱਤਾ ਬੜਾ ਖਾਂਦਾ ਸੀ ਅਤੇ ਘਰ ਵਾਲਿਆਂ ਦਾ ਤੰਗ ਕਰਦਾ ਸੀ ਇਹ ਨਾ ਫਿਰ ਘਰੋਂ ਨੂੰ ਆਖਿਆ ਵੀ ਸਾਡੀ ਘਰ ਨਾ ਬਣੀ ਹੁਣ ਜਗਰੂਪ ਸਿੰਘ ਉਰਫ ਰੂਪਾ ਦਾ ਨਾਮ ਆ ਰਿਹਾ ਕੀ ਲੱਗਦਾ ਤੁਹਾਡਾ ਸਾਡਾ ਬੇਟਾ ਵਾ ਜੀ ਉਹਦਾ ਨਾਂ ਆ ਰਿਹਾ ਵੀ ਉਸ ਲੜਕੇ ਵੱਲੋਂ ਵੀ ਕਤਲ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੇ ਕੀ ਤੁਹਾਡੀ ਮੰਗ ਹੈ ਵੀਰ ਜੀ ਅਸੀਂ ਚਾਹੁੰਦੇ ਉਹਨਾਂ ਵਿਚਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਦਾ ਇਕੱਲਾ ਇਕੱਲਾ ਪੁੱਤ ਗਿਆ ਇਨਸਾਫ ਦੋ ਉਹਨਾਂ ਨੂੰ ਤੁਹਾਡੇ ਬੇਟੇ ਦਾ ਨਾਂ ਆ ਰਿਹਾ ਵਿੱਚ ਵੀਰ ਜੀ ਸਾਡੇ ਨਾਲ ਤਾਂ ਉਹਦਾ ਕੋਈ ਲਿੰਕ ਨਹੀਂ ਹੈਗਾ ਸਾਡੇ ਨਾਲ ਉਹਦਾ ਕੋਈ ਲਿੰਕ ਨਹੀਂ ਹੈਗਾ ਕਿੰਨੇ ਸਮੇਂ ਤੋਂ ਘਰ ਨਹੀਂ ਆਇਆ ਤੇ ਕਿਉਂ ਕਿਹੜੀ ਹਾਲਾਤ ਸੀ ਵੀਰ ਜੀ ਨਸ਼ੇ ਪੱਤੇ ਕਰਦਾ ਸੀ ਤੁਹਾਨੂੰ ਮੈਂ ਆਖਿਆ ਵੀ ਨਸ਼ੇ ਪੱਤੇ ਕਰਦਾ ਸੀ ਸਾਨੂੰ ਨਹੀਂ ਪਤਾ ਬਾਹਰ ਕੀ ਕਰਦਾ ਅਸੀਂ ਘਰ ਨਹੀਂ ਵੜ ਦਿੱਤਾ ਉਹਦੇ ਪਾਪਾ ਨੇ ਘਰ ਨਹੀਂ ਵੜ ਦਿੱਤਾ ਉਹਨੂੰ ਤੇ ਅਸੀਂ ਨਹੀਂ ਇਹੋ ਜਿਹਾ ਬੰਦਾ ਘਰ ਵੜ ਸਕਦੇ ਕਿੰਨੇ ਸਮੇਂ ਤੋਂ ਘਰ ਨਹੀਂ ਆਇਆ ਭੈਣ ਜੀ ਉਹਨੂੰ ਹੋ ਗਏ 3-4 ਸਾਲ ਘਰ ਨਹੀਂ ਆਇਆ ਹਾਂਜੀ ਪੁਲਿਸ ਵੱਲੋਂ ਵੀ ਹੁਣ ਰੇਡ ਕੀਤੀ ਗਈ ਤੁਹਾਡੇ ਘਰ ਚਲੋ ਘਰ ਤੁਸੀਂ ਤਾਂ ਨਹੀਂ ਸੀ ਮਿਲੇ ਹਾਂਜੀ ਪੁਲਿਸ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਿੰਨਾ ਕੁ ਸਹਿਯੋਗ ਦਵੋਗੇ ਤੇ ਕੀ ਕਹੋਗੇ ਨਹੀਂ ਵੀਰ ਜੀ ਜੇ ਪੁਲਿਸ ਆਖਣਗੇ ਜਿੱਥੇ ਸਾਨੂੰ ਕਿਤੇ ਮਿਲੂ ਅਸੀਂ ਦੱਸਾਂਗੇ ਉਹਨਾਂ ਨੂੰ ਤੇ ਇੱਥੇ ਹੈਗਾ ਵੀਰ ਜੀ ਫੜ ਦਿਓ ਜਿੱਥੇ ਵੀ ਮਿਲਦਾ ਫੜ ਦਿਓ ਸਾਡਾ ਉਹਨਾਂ ਕੋਈ ਲਿੰਕ ਨਹੀਂ ਹੈਗਾ ਜਿੱਥੇ ਅਸੀਂ ਪਿੱਛੇ ਨਹੀਂ ਆਵਾਂਗੇ ਤੁਹਾਡੇ ਕਿੰਨੇ ਬੇਟੇ ਆ ਮੇਰੇ ਦੋ ਬੇਟੇ ਆ ਵੀਰ ਜੀ ਦੂਸਰੇ ਕੀ ਕਰਦੇ ਦੂਜਾ ਆਰਮੀ ਦੇ ਵਿੱਚ ਉਹ ਦੇਸ਼ ਦੀ ਸੇਵਾ ਕਰਦੇ ਹਾਂਜੀ ਉਹ ਦੇਸ਼ ਦੀ ਸੇਵਾ ਕਰਦੇ ਪੁਲਿਸ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਤੁਹਾਡੇ ਨੂੰ ਹਾਂਜੀ ਪੁਲਿਸ ਨੂੰ ਸਹਿਯੋਗ ਦਿਓਗੇ ਹਾਂਜੀ ਦਵਾਂਗੇ ਵੀਰ ਜੀ ਸਿੱਧੂ ਮੂਸੇ ਦਾ ਕਤਲ ਕੀਤਾ ਗਿਆ ਵਿੱਚ ਕਈ ਹੋਰ ਮੁੰਡਿਆਂ ਦੇ ਨਾਂ ਵੀ ਆਏ ਨੇ ਤੁਸੀਂ ਉਹਨਾਂ ਮੁੰਡਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋ ਕੀ ਕਹਿਣਾ ਚਾਹੋਗੇ ਉਹਨਾਂ ਮੁੰਡਿਆਂ ਨੂੰ ਜੋ ਇਸ ਗਲਤ ਰਾਹ ਤੁਰ ਪਏ ਹੋਏ ਨੇ ਅਸੀਂ ਚਾਹੁੰਦੇ ਵੀ ਨਾ ਕਿਸੇ ਮਾਂ ਦਾ ਪੁੱਤ ਮਾਰੋ ਅਤੇ ਨਾ ਤੁਸੀਂ ਘਰ ਦੇ ਮਾਪਿਆਂ ਨੂੰ ਦੁਖੀ ਕਰੋ ਅਸੀਂ ਤਾਂ ਇਹੋ ਆਖਾਂਗੇ ਵੀ ਕਿਸੇ ਵੀ ਮਾਂ ਦੇ ਪੁੱਤ ਨਾਲ ਨਾ ਇਸ ਤਰ੍ਹਾਂ ਕਰੋ ਧੱਕਾ ਕਰੋ ਉਹ ਵੀ ਇਕੱਲਾ ਇਕੱਲਾ ਬੱਚਾ ਸੀ ਉਹਨਾਂ ਦਾ ਬਾਪੂ ਕੀ ਨਾਂ ਤੁਹਾਡਾ ਜੀ ਗੁਰਦੀਪ ਸਿੰਘ ਕਿਹੜਾ ਪਿੰਡ ਦੇ ਨੰਬਰਦਾਰ ਜੀ ਜੌੜਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਿੰਡ ਦੇ ਲੜਕੇ ਦਾ ਨਾਂ ਆ ਰਿਹਾ ਸਿੱਧੂ ਮੂਸੇ ਵਾਲੇ ਕਤਲ ਕਾਂਡ ਦੇ ਵਿੱਚ ਜਗਰੂਪ ਸਿੰਘ ਫਰੂਪੇ ਦਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਜੇ ਜਿੱਥੇ ਕਿਤੇ ਮਿਲਦਾ ਜੋ ਮਰਜ਼ੀ ਇਹਨੂੰ ਗੋਲੀ ਮਾਰ ਦਿਓ ਜੋ ਮਰਜ਼ੀ ਕਰੋ ਇਹ ਨਹੀਂ ਕੁਛ ਵੀ ਕਿਤੇ ਮਗਰ ਆਵਾਂ ਕਿੰਨੇ ਚਿਰ ਤੋਂ ਪਿੰਡ ਨਹੀਂ ਆਇਆ ਤੇ ਹੋਈ ਗਏ 4 ਸਾਲ ਜੀ ਇਹਨੂੰ ਕੀ ਕਾਰਨ ਪੈ ਗਿਆ ਵੀ ਉਹ ਇਸ ਰਾਹ ਤੁਰ ਗਿਆ ਇਹ ਨਸ਼ਾ ਪੱਤਾ ਬੜਾ ਖਾਂਦਾ ਸੀ ਅਤੇ ਘਰ ਵਾਲਿਆਂ ਦਾ ਤੰਗ ਕਰਦਾ ਸੀ ਇਹ ਨਾ ਫਿਰ ਘਰੋਂ ਨੂੰ ਆਖਿਆ ਵੀ ਸਾਡੀ ਘਰ ਨਾ ਬਣੀ ਹੁਣ ਤੇ ਉਹਨੂੰ ਬਾਅਦ ਰਹਿ ਜੀ ਉਹ